ਪ੍ਰਾਊਡ ਨਹੀਂ ਕਰਦਾ, ਮੈਂ ਉਹੀ ਜ਼ਿੰਮੇਦਾਰ ਹੈ। 20-25 ਕਿੱਲੇ ਨਾਲ ਜਿਹੜੀ ਪਹਿਲਾਂ ਸੀ, ਕਦੇ ਮੈਂ ਪ੍ਰਾਊਡ ਨਹੀਂ ਕਰਿਆ, ਨਾ ਮੈਂ ਆਪ ਨੂੰ ਕਦੇ ਹੀਰੋ ਸਮਝਿਆ। ਮੇਰੀ ਦਾਦੇ ਨੇ ਡਿਊਟੀ ਲਈ ਤੁਹਾਡੀ ਸੇਵਾ ਕਰਨ ਦੀ। ਹਾਂ, ਜਿਹੜਾ ਹੀਰੋ ਸਮਝਦਾ ਉਹਦੇ ਕਿੱਲ ਲਾਉਣ ਨੂੰ ਮੈਂ ਬੈਠਾ। ਇਹ ਵੀ ਮੈਂ ਕਹਿੰਦਾ ਕਿ ਜੇ ਪੰਜਾਬ ਸਾਡੀ ਪੰਜਾਬੀ ਇੰਡਸਟਰੀ 'ਚ ਹੋਰ ਵੱਡੀਆਂ ਫਿਲਮਾਂ ਬਣਾਉਣੀਆਂ ਚਾਹੁੰਦੇ ਹਾਂ, ਜਿਹੜਾ ਆਪਦੇ ਆਪ ਨੂੰ ਹੀਰੋ ਸਮਝਦਾ, 1, 2, 3, 4, 5, 7 ਮੈਂ ਵਿਲਨ ਬਣਨ ਨੂੰ ਤਿਆਰ ਹੈ। ਖੁੱਲ੍ਹਾ ਚੈਲੇਂਜ ਹੈ, ਜਾਂ ਮਰਜ਼ੀ ਫਿਲਮ ਕਰ ਲਓ ਮੈਨੂੰ, ਓਪਨ ਛੱਡ ਹਰ ਟੈਮ। ਮੈਂ ਖੁਸ਼ਕਿਸਮਤ ਹੋਊਂਗਾ, ਮੈਂ ਵਿਲਨ ਬਣਾਂ ਉਹਦੇ 'ਚ। ਸੋ ਦਰਦ ਦੁਰਦ ਨਹੀਂ ਮੇਰਾ ਵੀਰ, ਇੱਥੋਂ ਪੈਸੇ ਇਕੱਠੇ ਕਰਕੇ ਨਾ ਦਿਓ, ਸਭ ਨੇ ਵੱਡੀਆਂ ਗੱਡੀਆਂ ਲੈ ਲੈਣੀਆਂ। ਹਾਂ, ਮਦਦ ਜਿਹਦੀ ਮਰਜ਼ੀ ਕਰੋ, ਜਿਹੜਾ ਚੰਗਾ ਲੱਗਦਾ, ਚੰਗੇ ਨੂੰ ਸਰਾਹੋ। ਪਰ ਗਾਉਣ ਵਾਲਾ ਸੱਚੀ ਕੋਈ ਦਰਦ ਦੁਰਦ ਹੈ ਨਹੀਂ। ਵਾਹ ਲੱਖਿਆਲ ਲੱਖਿਆਲ ਨੂੰ ਇੱਕ ਗੱਲ ਕਹੀ ਸੀ ਵੀ ਛੋਟੇ ਭਾਈ ਤੂੰ ਲੇਖਕ ਹੈ, ਮੈਂ ਤੇਰੇ ਨਾਲ ਤਾਂ ਖੜਾ, ਜੇ ਤੂੰ ਵੀ ਨਲਕਾ ਹੁੰਦਾ ਮੈਂ ਗੱਲ ਨਹੀਂ ਸੀ ਕਰਨੀ ਤੇਰੇ ਨਾਲ। ਪਰ ਇੱਕ ਗੱਲ ਹੈ, ਜਿਸ ਤਰ੍ਹਾਂ ਦਾ ਲਿਖ ਰਿਹਾ ਐਸੇ ਤਰ੍ਹਾਂ ਦਾ ਲਿਖੇਗਾ ਤਾਂ ਚੱਲੇਗਾ। ਜੇ ਅੰਗਰੇਜ਼ੀ ਦੇ 4 ਅੱਖਰ ਪਾ ਕੇ ਗਾਉਣ ਦੀ ਕੋਸ਼ਿਸ਼ ਕਰੀ ਫੇਲ ਹੋ ਜਾਏਗਾ, ਕਿਉਂਕਿ ਤੇਰਾ ਤਲਫੁਜ਼ ਹੈ ਨਹੀਂ। ਅੱਜ ਕੱਲ੍ਹ ਲੱਖਾਂ ਦੀਆਂ ਗੱਲਾਂ ਕਰਦਾ, ਉਹ ਮਿਲਿਆ ਸੀ ਮੈਨੂੰ, ਕਹਿੰਦਾ ਬਾਈ ਜੀ 3-4 ਲੱਖ ਤਾਂ ਮੈਂ ਐਤਕੀ ਕੁੱਟ ਲਿਆ। ਪਰ ਉਹ ਗਾਣਾ ਉਹਦਾ ਬਾ ਕਮਾਲ ਸੀ, ਤੇਰੇ ਯਾਰ ਨੂੰ ਤਾਂ ਨੰਗ ਭਣਦਾ ਚੜ ਗਿਆ ਬੁਖਾਰ ਨੱਟੀਏ। ਉਹ ਹਰਕਤਾਂ ਜਾਂ ਮੇਰੇ ਲਈ ਕੱਢ ਲੈਂਦਾ ਵਿੱਚੋਂ, ਓਏ ਹੋਏ ਹੋਏ। ਪਰ ਮੈਂ ਉਹਨੂੰ ਇਹ ਵੀ ਸਮਝਾਇਆ ਸੀ ਕਿ ਕੰਪੋਜੀਸ਼ਨ ਆਪਣੀ ਬਣਾਇਆ ਕਰ, ਮੇਰੇ ਵਰਗਾ ਗਾਏਗਾ ਫਿਰ ਫਾਇਦਾ ਨਹੀਂ ਕੋਈ ਹੋਣਾ, ਮੈਂ ਤਾਂ ਗਾਈ ਜਾਂਦਾ। ਸੋ ਮੇਰਾ ਵੀਰ ਵੋਟਾਂ ਜਿਹਨੂੰ ਮਰਜ਼ੀ ਪਾਓ, ਜਿਹਨੂੰ ਮਰਜ਼ੀ, ਜਿਹੜੀ ਤੁਸੀਂ ਸਰਕਾਰ ਚੁਣੋਗੇ ਅਸੀਂ ਉਹਦੇ ਨਾਲ ਹਾਂ। ਸਾਡਾ ਕੰਮ ਹੈ ਸਿਸਟਮ, ਮਾੜਾ ਤਾਂ ਉਹਦੇ ਬਾਰੇ ਬੋਲਣਾ ਨਹੀਂ, ਮੈਂ ਨਹੀਂ। ਤੈਂ ਵੋਟ ਪਾਉਣੀ ਨਹੀਂ, 80,000 ਦੀ ਟਿਕਟ ਹੈ, ਜਾਣਾ ਨਹੀਂ, ਫੋਨ 'ਤੇ ਕਰ ਜਾਣਾ ਕਿਹੜਾ ਜਿੱਤ ਗਿਆ, ਕਿੰਨੀਆਂ ਕੁ ਵੋਟਾਂ ਪੈ ਗਈਆਂ। ਪੰਜਾਬ ਦੇ ਲੋਕ ਐਤਕੀ ਮੁੱਠੀ ਬੰਦ ਕਰੀ ਬੈਠੇ, ਝਟਕੇ ਹੀ ਮਿਲਣੇ ਕਈਆਂ ਨੂੰ, ਕੋਈ ਬਾਬਾ ਹੀ ਜਾਣਦਾ, ਸੱਚੇ ਪਾਤਸ਼ਾਹ ਜਾਣਦਾ, ਜਾਂ ਕੋਈ ਇਨਲਾਈਟਨ ਬੰਦਾ ਜਾਣਦਾ ਕੌਣ ਜਿੱਤੂਗਾ। ਹੈ ਆਪਾਂ ਤਾਂ ਤੁਹਾਡੇ ਨਾਲ ਆ ਮੇਰਾ ਵੀਰ, ਆਪਾਂ ਕਿਸੇ ਨਾਲ